ਪੁਲ ਤੇ ਚਲਦੇ ਚਲਦੇ ਇੱਕ ਟਰੱਕ ਦੇ ਨਾਲ ਉਦੋਂ ਹਾਦਸਾ ਵਾਪਰ ਗਿਆ ਜਦੋਂ ਰੇਲਿੰਗ ਨਾ ਹੋਣ ਦੇ ਚਲਦਿਆਂ ਇਹ ਟਰੱਕ ਪੁਲ ਤੋਂ ਹੇਠਾਂ ਪਲਟ ਗਿਆ ਜਿਸ ਕਰਕੇ ਡਰਾਈਵਰ ਨੂੰ ਕਾਫੀ ਸੱਟਾਂ ਵੀ ਲੱਗੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਬਰਸਾਤੀ ਨਾਲਿਆਂ ਦੇ ਹਾਲ ਹੀ ਅਜਿਹੇ ਨੇ ਜਿੱਥੇ ਰੇਲਿੰਗ ਟੁੱਟੀ ਹੋਣ ਦੇ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਨੇ। ਮਾਮਲਾ ਸਮਾਨਾ ਤੋਂ ਸਾਹਮਣੇ ਆਇਆ ਹੈ। ਸਮਾਨਾ ਤੋਂ ਕੈਥਲ ਜਾਣ ਵਾਲੀ ਸੜਕ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਟਰੱਕ ਪਲਟ ਗਿਆ ਜੋ ਕਿ ਇਸ ਬਰਸਾਤੀ ਨਾਲੇ ਦੇ ਪੁਲ ਤੋਂ ਲੰਘ ਰਿਹਾ ਸੀ ਤਾਂ ਰੇਲਿੰਗ ਨਾ ਹੋਣ ਦੇ ਚਲਦਿਆਂ ਇੱਥੇ ਹਨੇਰੇ 'ਚ ਪਤਾ ਨਹੀਂ ਲੱਗਿਆ ਅਤੇ ਇਹ ਟਰੱਕ ਪੁਲ ਤੋਂ ਹੇਠਾਂ ਪੈਲੀਆਂ 'ਚ ਜਾ ਪਲਟਿਆ। ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ। ਡਰਾਈਵਰ ਨੂੰ ਅਤੇ ਉਸਦੇ ਸਾਥੀ ਨੂੰ ਕੁਝ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਇੱਥੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਘਿਓਰਾ ਦੇ ਨਜ਼ਦੀਕ ਇੱਥੇ ਪੁਲ ਦੇ ਉੱਤੇ ਰੇਲਿੰਗ ਟੁੱਟੀ ਹੋਈ ਹੈ ਜੋ ਕਾਫੀ ਸਮੇਂ ਤੋਂ ਅਜਿਹੇ ਹਾਲਾਤਾਂ ਵਿੱਚ ਹੈ ਕਿ ਰੇਲਿੰਗ ਟੁੱਟੀ ਹੋਣ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਨੇ, ਕਈਆਂ ਦੀ ਜਾਨ ਵੀ ਜਾ ਚੁੱਕੀ ਹੈ ਪਰ ਹਾਲੇ ਵੀ ਪ੍ਰਸ਼ਾਸਨ ਦੇ ਵੱਲੋਂ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਖਾਸ ਤੌਰ 'ਤੇ ਬਾਈਕ ਸਵਾਰਾਂ ਨੂੰ ਲੰਘਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ। ਜਦੋਂ ਕੋਈ ਵੱਡਾ ਵਾਹਨ ਇਸ ਪੁਲ ਤੋਂ ਲੰਘਦਾ ਹੈ ਤਾਂ ਬਾਈਕ ਚਾਲਕ ਸਾਈਡ ਤੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਸ ਦੌਰਾਨ ਰੇਲਿੰਗ ਨਾ ਹੋਣ ਦੇ ਚਲਦਿਆਂ ਉਹਨਾਂ ਦਾ ਵੱਡਾ ਨੁਕਸਾਨ ਹੁੰਦਾ ਹੈ, ਉਹ ਵੀ ਹਾਦਸੇ ਦਾ ਸ਼ਿਕਾਰ ਹੁੰਦੇ ਨੇ। ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਪਾਸੇ ਵੱਲ ਧਿਆਨ ਦੇ ਅਤੇ ਜਲਦ ਤੋਂ ਜਲਦ ਇੱਥੇ ਰੇਲਿੰਗ ਦੀ ਮੁਰੰਮਤ ਕੀਤੀ ਜਾਏ ਅਤੇ ਨਵੀਂ ਰੇਲਿੰਗ ਲਗਾਈ ਜਾਏ। ਸੁਰੱਖਿਆ ਦੀਵਾਰਾਂ ਤੋਂ ਬਿਨਾਂ ਇੱਥੇ ਪੁਲ ਤੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੈ। ਬਹੁਤ ਜ਼ਰੂਰੀ ਹੈ ਜੀ, ਨਾਲੇ ਚੌੜਾ ਹੋਣਾ ਚਾਹੀਦਾ ਪੁਲ, ਥੋੜ੍ਹਾ ਜਿਹਾ ਵੀ ਆਉਣ ਆਵਾਜਾਈ ਨੂੰ ਥੋੜ੍ਹੀ ਦਿੱਕਤ ਨਾ ਆਵੇ। ਰਾਤ ਦੇਖੋ ਟਰਾਲੇ ਦਾ ਡਿੱਗਿਆ ਸੀ। ਹਾਂਜੀ ਅਤੇ ਮੈਨੂੰ ਮੇਰੇ ਧਿਆਨ 'ਚ ਲਿਆਉਂਦਾ ਕਿਉਂਕਿ ਮੈਂ ਜੁਆਇਨ ਇੱਥੇ ਕੀਤਾ, ਇਲੈਕਸ਼ਨ ਚੱਲ ਰਿਹਾ ਸੀਗਾ ਅਤੇ ਜਿਹੜਾ ਪਿੰਡ ਭਿਓਰਾ ਕੋਲ ਤੁਸੀਂ ਦੱਸਿਆ ਵੀ ਟਰੱਕ ਪਲਟਿਆ, ਇਹ ਬੜੀ ਮੰਦਭਾਗੀ ਹੈਗੀ ਐਂਡ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ। ਅਤੇ ਮੈਂ ਐਕਸੀਅਨ PWD ਅਤੇ SDO ਦੀ ਡਿਊਟੀ ਲਾਉਂਦੇ ਵੀ ਉਹ ਸਰਵੇ ਕਰਕੇ ਜਿਹੜੇ ਜਿਹੜੇ ਵੀ ਪੁਲ ਤੁਸੀਂ ਦੱਸ ਰਹੇ ਹੋ ਉਹਨਾਂ ਦਾ ਸਾਰਿਆਂ ਦਾ ਲਿਖ ਕੇ ਮੈਂ ਉਹਨਾਂ ਨੂੰ ਭੇਜਾਂਗਾ, ਉਹਨਾਂ ਨੂੰ ਫੋਲੋਅਪ ਵੀ ਲਵਾਂਗਾ ਕਿਉਂਕਿ ਮਹਿਕਮੇ ਦੀ ਡਿਊਟੀ ਬਣਦੀ ਹੈ PWD ਦੀ ਵੀ। ਕੋਈ ਅੱਜ ਤਾਂ ਚਲੋ ਇਹ ਹੈ ਵੀ ਬੱਚਤ ਹੋ ਗਈ ਹੈ ਉਹਨਾਂ ਦੀ, ਅਤੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ। ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਮਾਣਾ ਤੋਂ ਰਾਮਨਗਰ ਜਿਹੜੀ ਕੈਥਲ ਸੜਕ ਹੈ, ਇਹ ਜਿਹੜਾ ਟਰੱਕ ਹੈ ਇੱਥੇ ਰੇਲਿੰਗ ਟੁੱਟੀ ਹੋਈ ਹੈ ਕਾਫੀ ਲੰਬੇ ਸਮੇਂ ਤੋਂ। ਇਹ ਟਰਾਲਾ ਟਰੱਕ ਜਿਹੜਾ ਲੋਡ ਸੀ ਇਹ ਪਲਟ ਗਿਆ ਔਰ ਇਸਦੇ ਨਾਲ ਨੁਕਸਾਨ ਵੀ ਹੋਇਆ ਔਰ ਰਾਤ ਨੂੰ ਲਾਈਟਾਂ ਪੈਂਦੀਆਂ ਜਿਸ ਤਰ੍ਹਾਂ ਇਹ ਮੋਟਰਸਾਈਕਲ ਸਵਾਰ ਜਾਂਦੇ ਆ, ਕਾਰ ਵਾਲੇ ਜਾਂਦੇ ਆ, ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਵੀ ਇਹ ਜਿਸ ਤਰ੍ਹਾਂ ਰੇਲਿੰਗ ਹੋਣੀ ਕਿੰਨੀ ਜ਼ਰੂਰੀ ਹੈ ਸੜਕ ਦੇ ਉੱਤੇ ਕਿਉਂਕਿ 10 ਫੁੱਟ ਘੱਟੋ ਘੱਟ ਹੇਠਾਂ ਹੈ। ਬੇਟਾ ਕੀ ਨਾਮ ਤੁਹਾਡਾ? ਅਮਨਦੀਪ ਜੀ। ਮੇਰਾ ਨਾਮ ਅਮਨਦੀਪ। ਜਿਸ ਤਰ੍ਹਾਂ ਸੜਕ 'ਤੇ ਪੁਲ ਬਣੇ ਹੋਏ ਵਿੱਚ ਵਿੱਚ ਮੈਂ, ਹਾਂਜੀ ਹਾਂਜੀ, ਅਤੇ ਇਹ ਰੇਲਿੰਗ ਹੋਣੀ ਕਿੰਨੀ ਜ਼ਰੂਰੀ ਹੈ?